ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਜਗਦੀਪ ਡੇਅਰੀ ਫਾਰਮ 'ਤੇ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਅੱਜ ਅਸੀਂ ਫਿਰ ਫਾਰਮ 'ਤੇ ਪਹੁੰਚ ਚੁੱਕੇ ਹਾਂ ਅਤੇ ਤਿੰਨ ਝੋਟੀਆਂ ਦਿਖਾ ਲਾਂਗੇ, ਦੋ ਸੂਈਆਂ ਸਵਾਈਆਂ ਤਾਜ਼ੀਆਂ ਅਤੇ ਇੱਕ ਤੋਕੜ ਗੱਬਣ ਲੀਲੀ ਰਾਵੀ ਦੀ। ਅਤੇ ਕਰਦੇ ਹਾਂ ਬਾਈ ਜੀ ਨਾਲ ਗੱਲਬਾਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਵਧੀਆ ਵਧੀਆ ਬਾਈ ਜੀ। ਹਾਂਜੀ, ਹੋਰ ਸੁਣਾਓ ਬਾਈ ਜੀ। ਜਗਦੀਪ ਡੇਅਰੀ ਫਾਰਮ ਤੋਂ ਵੇਖਣਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਵੀਰੇ। ਹਾਂਜੀ ਹਾਂਜੀ ਬਾਈ, ਸਾਨੂੰ ਇੰਨਾ ਤੇ ਮਾਣ ਪਿਆਰ ਬਖਸ਼ਿਆ। ਹਾਂਜੀ ਹਾਂਜੀ ਬਾਈ ਜੀ। ਤੇ ਬਾਕੀ ਹੋਰ ਬਾਈ ਜੀ, ਫਿਰ ਚੜ੍ਹਦੀ ਕਲਾ ਜੀ ਤੇ ਜਿਹੜੀ ਫਿਰ ਪਰਸੋਂ ਚੌਥ ਦੀ ਵੀਡੀਓ ਪਾਈ ਮਾਲ ਫਿਰ। ਹਾਂ ਬਾਈ, ਉਹ ਸਾਰੀਆਂ ਵੇਖੀਆਂ ਝੋਟੀਆਂ ਨਾ, ਚੌਦੋਂ ਸਾਡੇ ਇਹਨਾਂ ਚੌਥੀ ਸੀ ਝੋਟੀ ਕਰੀਆਂ। ਹਾਂਜੀ, ਇਹ ਉਹ ਆ ਜਿਹੜੀ ਪਿਛਲੀ ਵੀਡੀਓ 'ਚ ਪਾਈ ਆਪਾਂ, ਪਿਛਲੀ ਵੀਡੀਓ 'ਚ ਪਾਈ। ਬਾਕੀ ਦੱਸ ਵੀਰੇ, ਹਾਂਜੀ ਜਿਹੜੀ ਚੌਥੀ ਸੀ ਇਹਨਾਂ ਬੰਦਿਆਂ ਆਪਣੇ, ਇਹ ਜਿੱਥੋਂ ਵੀਰ ਜੀ ਆਪਾਂ ਸਾਡੀ ਖਰੀਦ ਹੋਈ ਸੀ ਨਾ ਝੋਟੀ ਜੀ ਦਿੱਤੀ। ਹਾਂਜੀ ਹਾਂਜੀ ਬਾਈ ਜੀ, ਬੰਦਿਆਂ ਕੋਲ ਆਪਾਂ ਲਈ ਝੋਟੀ ਵੀਰ ਜੀ। ਹਾਂਜੀ ਹਾਂਜੀ, ਸਾਨੂੰ ਉਹਨਾਂ ਦਿੱਤੀ 23-24 ਕਿਲੋ ਦੁੱਧ ਕਰਕੇ। ਅੱਛਾ ਜੀ, ਸਾਨੂੰ ਦੋ ਤਿੰਨਾਂ ਦਿਨਾਂ ਦੀ ਸੂਈ ਦੇ ਹੁਣ ਦੱਸਤਾ ਵੀ ਆਪਣੇ ਆਪ ਹੀ ਮੇਰੇ ਕੋਲ ਝੋਟੀ ਕਿਲੋ, ਮੈਂ ਕਿੰਨਾ ਦੁੱਧ ਦੇ ਦੂੰਗੀ ਬਾਈ, ਕਿੰਨਾ ਦੁੱਧ ਦੇ। 13 ਕਿਲੋ ਤੋਂ ਬਾਈ ਸਟਾਰਟਿੰਗ ਚੱਲ ਪਈ ਬੋਲੇ ਤੋਂ ਨੇ, 13 ਕਿਲੋ ਤੋਂ। 13 ਕਿਲੋ ਦਾ ਜਿਵੇਂ ਮਤਲਬ ਵੀ ਕੱਲ ਅਸੀਂ ਵੀਡੀਓ ਪਾਈ ਸੀ, ਪਰਸੋਂ ਸੂਈ ਆ। ਹਾਂਜੀ ਹਾਂਜੀ, ਉਹ ਖਾਲੀ ਹੁੰਦੇ ਆ ਸਾਰੀ ਬਾਈ, 13 ਕਿਲੋ ਤੋਂ ਚੱਲ ਪਈ ਆ। ਸਾਨੂੰ ਇੰਨੀ ਉਮੀਦ ਕਰਦੀ ਵੀ ਜੇ ਬਾਕੀ ਆਮਦਾਰੀ ਮੇਰੇ ਨਾਲ ਜਿਹਦੇ ਘਰ ਚੱਲ ਗਈ ਨਾ। ਹਾਂਜੀ ਹਾਂਜੀ, ਲਾਈ ਤੋਂ ਆਈ ਵਾਲੀ 25 ਕਿਲੋ ਵਾਲੀ ਝੋਟੀ ਹੈ। ਬਾਕੀ ਅੱਡ ਟੁੱਟੀ ਕੁਆਲੀ ਦੇਖ ਲਓ, ਬਾਕੀ ਚੱਡਾ ਦੇਖੋ ਤੁਸੀਂ। ਬਾਕੀ ਭਾਈ ਹਾਲੇ ਮੈਂ ਦੂਜਿਆਂ ਦਾ ਆਪਣੇ ਆਪ ਦੱਸ ਦੂਗੀ, ਜਦੋਂ ਭਾਈ ਦੁੱਧ ਤੇ ਚੜ ਗਈ ਨਾ, ਜੇ 25 ਕਿਲੋ ਦੁੱਧ ਕਰ ਗਈ। ਹਾਂਜੀ ਭਾਈ, ਆਪਣਾ ਆਪ ਦੱਸ ਦੂਗੀ ਮੈਂ ਇੱਥੇ ਇੱਥੇ ਫੁੱਟ ਫੁੱਟ ਬਾਹਰ ਨਿਕਲੂਗੀ। ਮੈਂ ਨਾ ਬਾਈ ਜੀ ਫੁੱਟ ਫੁੱਟ ਤੇ ਹੁਣੇ ਬਾਹਰ ਨਿਕਲੀ ਆ। ਮੈਂ ਨਾ ਭਾਈ ਅਸਲ ਅੱਜ ਨੂੰ ਅਸਲ ਕਹਿ ਰਹੀ ਲੱਗੀ। ਹਾਂਜੀ ਹਾਂਜੀ, ਅਸਲ ਬਰੀਡ। ਬਾਕੀ ਸਿੰਘ ਸੁੰਘ ਦੀ ਕੁਆਲੀ ਤੇ ਪੇਠ ਪੁੜੀ ਦੀ ਬਹੁਤ ਚੰਗੀ ਆ। ਗੱਲ ਤੇ ਭਾਈ ਸਭ ਤੋਂ ਵੱਡੀ ਆ ਗਈ ਬਰੀਡ ਤੇ। ਹਾਂਜੀ ਹਾਂਜੀ ਹਾਂਜੀ, ਕੁਆਲਿਟੀ ਦੀ ਭਾਈ ਕੋਈ ਅੰਤਰ ਨਹੀਂ ਹੈ, ਜਿੰਨੀ ਵੀ ਦੀ ਕੁਆਲਿਟੀ ਕਹਿ ਰਹੀ ਨਾ ਭਾਈ, ਕੁਆਲਿਟੀ ਮਤਲਬ ਬਰੀਡ, ਫੁੱਲ ਬਰੀਡ ਦਾ ਪਿਓਰ ਭਾਈ ਨਸਲ ਵਾਲੀ ਆ। ਮੈਂ ਤਾਂ ਜਿਹੜੀ ਗੱਲ ਕਰਨ ਵਾਲੀ ਆ, ਬਾਕੀ ਹਾਂਜੀ ਹਾਂਜੀ ਲੱਗੀ ਆ। ਹਾਂਜੀ ਭਾਈ ਜੀ, ਦੇਖੋ ਕਿੰਨੇ ਖੀਰੀ ਸਵਾਦੀ ਹੋ ਗਈ। ਹਾਂਜੀ ਭਾਈ ਜੀ, ਦਾਦਨ ਕਿੰਨੇ ਖੀਰੀ ਸਵਾਦੀ ਹੋ ਗਈ, ਲਈ ਚੌਗੀ ਆ ਭਾਈ ਮੂੰਹ ਦੇ। ਅੱਛਾ ਜੀ, ਚਾਰ ਦੰਦ ਆ ਭਾਈ ਮੂੰਹ ਦੇ, ਜਿਹੜੀ ਗੱਲ ਕਰਨ ਵਾਲੀ ਆ। ਬਾਕੀ ਸਿੰਘ ਸੁੰਘ ਦੀ ਕੁਆਲਿਟੀ ਤੇ ਬਾਕੀ ਬਿਲਕੁਲ ਜੈੱਡ ਬਲੈਕ। ਖੋਲੋ ਬਾਬਾ ਜੀ ਮੜੀ ਨਹੀਂ, ਖੋਲ ਕੇ ਦੋਰੋ ਬਾਬਾ ਜੀ। ਬਾਕੀ ਜਿਹੜੇ ਸ਼ੇਰ ਪਾਲਣੇ ਕਿਤੇ ਐਵੇਂ ਨਹੀਂ ਪਏ ਬਾਈ ਜੀ, ਘਰ ਖਵਾਉਣਾ ਪੈਂਦਾ ਸ਼ੇਰਾਂ ਨੂੰ। ਬਾਕੀ ਝੋਟੀ ਤੋਂ ਤੁਰਦੀ ਆ, ਦੇਖੋ ਭਲਵਾਨਾਂ ਵਾਲੀ ਤੁਰਨੀ ਆ ਝੋਟੀ ਦੀ, ਪੇਠ ਪੁੜੇ ਦੀ। ਪੇਠ ਪੁੜਾ ਬਹੁਤ ਚੰਗਾ, ਅਤੇ ਬਾਕੀ ਅੱਡ ਦੀ ਕੁਆਲਿਟੀ ਅਤੇ ਥਾਂ ਦੀ ਕੁਆਲਿਟੀ ਬਹੁਤ ਚੰਗੀ ਆ। ਤੁਰ ਦਿਉ ਬਾਬਾ ਜੀ, ਤੁਰ ਦਿਉ। ਮੈਂ ਐਂ ਟਪਕ ਟਪਕ ਤੁਰਦੀ। ਹਾਂਜੀ ਹਾਂਜੀ ਭਾਈ ਜੀ, ਹਾਂਜੀ ਹਾਂਜੀ, ਬੋਝ ਬੋਝ ਪਾਪ ਧਰਦੀ ਆ। ਹਾਂਜੀ 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 ਹਾਂਜੀ, ਘੁਮਾ ਦੋ ਬਾਬਾ ਜੀ। 25 ਕਿਲੋ ਦੁੱਧ ਕਰ ਗਈ ਨਾ ਵੀਰੇ। ਹਾਂਜੀ ਹਾਂਜੀ, ਇਹਦੇ ਕੋਲ ਟਾਈਮੋ ਟਾਈਮ ਫਿਰ ਤੁਰਨਾ ਔਖਾ ਝੋਟੀ, ਤੁਰਨਾ ਔਖਾ ਬਾਈ ਜੀ, ਤੁਰਨਾ ਤਾਂ ਹੁਣੇ ਔਖਾ ਹੋਇਆ ਬਾਈ ਜੀ। ਬਾਕੀ ਦੇਖੋ ਜੀ ਸਿੰਘ ਸੁੰਘ ਦੀ ਕੁਆਲਿਟੀ ਚੱਲਦੀ ਫਿਰਦੀ ਭਾਜੀ ਤਾਂ। ਹਾਂਜੀ ਹਾਂਜੀ ਬਾਈ ਜੀ, ਹਾਂਜੀ ਹਾਂਜੀ, ਝੋਟੀ ਮਤਲਬ ਵੀ ਆਪਣੇ ਆਪ ਦੋਤੇ ਭਾਈ ਚੜ ਗਈ। ਹਾਂਜੀ ਹਾਂਜੀ ਬਾਈ ਜੀ, ਅਤੇ ਇਹਦੇ ਕੋਲ ਐਂ ਲੱਗਿਆ ਕਰੂ ਵੀ ਭਾਜੀ ਪਤਾ ਨਹੀਂ ਕਿੰਨੇ ਕੁ ਦਿਨਾਂ ਦੀ ਬਾਜ਼ਾਰ 'ਚ ਛੱਡ ਰੱਖੀ ਦਿੰਦੀ। ਸਹੀ ਗੱਲ ਬਾਈ ਜੀ। ਬਾਕੀ ਇਹਨਾਂ ਵੀ ਚਲੋ ਮਾਰੇ ਨੇ ਕੱਲ੍ਹ, ਹੁਣ ਮਹੀਂ ਭਾਜੀ ਇੱਕ ਵੇਚੀ ਜਿਹੜੀ 18 ਲੀਟਰ ਵਾਲੀ। ਹਾਂਜੀ ਭਾਈ ਜੀ, ਹਾਂਜੀ, ਅਤੇ ਉਹ ਵੀਰ ਹੋਣੀ ਕਹਿੰਦੇ ਵੀ ਚਲੋ ਤੁਹਾਡੇ ਇਲਾਕੇ 'ਚ ਬਹੁਤ ਵੀਰਾਂ ਕੋਲ ਗਏ ਦੀਆਂ। ਹਾਂਜੀ ਭਾਈ ਜੀ, ਹਾਂਜੀ, ਅਤੇ ਕੰਡਾ ਨਹੀਂ ਕੋਈ ਲਾ ਕੇ ਲਿਆਉਂਦਾ ਜਿਹੜਾ ਕੱਲ੍ਹ ਸ਼ੋਰ ਲਾਇਆ ਸੀ। ਹਾਂ, ਕਹਿੰਦੇ ਵੀ ਕੰਡਾ ਨਹੀਂ ਕੋਈ ਲਾ ਕੇ ਲਿਆਉਂਦਾ। ਹਾਂਜੀ ਹਾਂਜੀ ਭਾਈ ਜੀ, ਅਤੇ ਆਪਾਂ ਦੋ ਟਾਈਮ ਮੈਂ ਕਿਹਾ ਸਾਡੇ ਇਲਾਕੇ ਕੰਡਾ ਆਪਣੇ ਕੋਲ ਹੈ, ਤੁਸੀਂ ਕੰਡੇ 'ਤੇ ਚੜੋ। ਸਹੀ ਗੱਲ ਹੈ ਬਾਈ ਜੀ, ਅਤੇ ਚਲੋ ਆਪਾਂ ਨਾਲ ਹੀ ਲੈਣਾ ਕਈਆਂ ਵੀਰਾਂ ਕੋਲ ਗਏ ਦੀਆਂ। ਹਾਂਜੀ ਹਾਂਜੀ ਬਾਈ ਜੀ, ਨਾ ਸਾਰਿਆਂ ਦਾ ਹਰਿਆਣੇ ਦਾ ਵੱਜਦਾ। ਹਾਂਜੀ ਬਾਈ ਜੀ, ਅੱਜ ਕੱਲ੍ਹ ਭਾਈ ਜਿਹੜਾ ਵੀ ਕਹੂ ਮੈਂ ਹਰਿਆਣੇ ਤੋਂ ਘੱਟ ਤੇ ਗੱਲ ਨਹੀਂ ਕਰਦਾ। ਨਹੀਂ ਕਰਦਾ, ਨਹੀਂ ਕਰਦਾ ਬਾਈ, ਉੱਤੇ ਲਿਖ ਦਿੰਦੇ ਹਰਿਆਣੇ ਦਾ ਭਾਰ ਨਿਗਾਹ ਜਾ। ਨਿਗਾਹ ਜਾ, ਨਹੀਂ ਨਿਗਾਹ ਨਹੀਂ ਭਾਰ ਹੈ ਬਾਈ ਜੀ, ਫਿਰ ਨਹੀਂ ਔਖਾ ਹੋ ਜਾਂਦਾ ਬਾਈ ਜਿਹੜੀ ਅਸਲ ਮੈਂ ਨਾ ਭਾਜੀ। ਹਾਂਜੀ ਬਾਈ ਜੀ, ਮੁੱਲ ਲਾ ਕੇ ਆਉਂਦੀ ਹਰਿਆਣੇ ਦੀ। ਸਹੀ ਗੱਲ ਹੈ ਬਾਈ ਜੀ, ਇਹ ਗੱਲ ਹੁੰਦੀ ਹੈ ਵੀ ਚੰਗੀ ਚੀਜ਼ ਦਾ ਬਾਈ ਜਿਹੜੀ ਨਾ, ਚਲੋ ਵੇਖਣ ਵਾਲੇ ਭਰਾ ਸਾਰਿਆਂ ਕੋਲ ਬੜੀ ਬੜੀਆਂ ਵਾਲੀ ਚੰਗੀਆਂ ਟੌਪ ਕਲਾਸ ਝੋਟੀਆਂ ਹੁੰਦੀਆਂ ਨੇ ਪਾਪਾ, ਪਰ ਮੇਨ ਗੱਲ ਬਾਈ ਜੀ ਆਪਣੇ ਫਾਰਮ ਤੋਂ ਜਿਹੜੀ ਹੈ ਨਾ ਨਸਲ ਬਰੀਡ ਚੰਗੀ ਮਿਲੂਗੀ ਬਾਈ ਜੀ। ਵੀਰੇ ਸਾਡੇ ਤੋਂ ਮਤਲਬ ਸਾਰਿਆਂ ਤੋਂ ਚੰਗੀਆਂ ਚੰਗੀਆਂ ਵੀਰ, ਬੜੇ ਬੜੇ ਭਲੀ ਸੋ ਭਲੀ ਵਪਾਰੀ ਵੀਰ। ਹਾਂਜੀ ਹਾਂਜੀ ਹਾਂਜੀ, ਗੱਲ ਇਹ ਵੀ ਜਿਹੜਾ ਹਰਿਆਣਾ ਨਾ, ਹਾਂਜੀ ਕੋਲ ਤੇ ਦੱਸ ਦੇ ਤੋ ਦੂਰੋਂ ਦੇਖੋ ਹਰਿਆਣਾ ਕਿੱਥੇ ਖੜਾ ਦਿੱਤੀ ਬਾਈ ਜੀ। ਦੇਖੋ ਤੁਸੀਂ ਅੱਡਰ ਦੀ ਕੁਆਲਿਟੀ, ਮੈਂ ਨਾ ਭਾਈ ਅਸਲੀ ਨਾੜਾ ਨੂੜਾ ਵਾਲੀ ਆ, ਇਹ ਬਿਰਲ ਥਾਂ ਦੀ ਕੁਆਲਿਟੀ ਦੇਖੋ ਤੁਸੀਂ, ਪੂਰੀਆਂ ਬਿਰਲਾ ਬਿਰਲਾ ਦੇ ਥਾਣੇ ਵੀਰ ਜੀ। ਬਾਕੀ ਵੀ ਮੂੰਹ ਚਾਰ ਦੰਦ ਭਾਜੀ। ਹਾਂਜੀ ਹਾਂਜੀ, ਬਾਕੀ ਕੱਦ ਕੋਦ ਦੇ ਬਾਕੀ ਸਾਹਮਣੀ ਮੈਂ ਝੋਟੀ ਬੜੀ ਔਖੀ ਦਿੱਤੀ ਆ। ਔਖੀ ਔਖੀ ਬਾਈ ਜੀ, ਸਹੀ ਗੱਲ ਹੈ, ਖਵਾਇਆ ਹੋਵੇ ਨਾ। ਹਾਂਜੀ ਬਾਈ ਜੀ, ਤੇ ਫਿਰ ਭਾਈ ਇਹਨਾਂ ਚੀਜ਼ਾਂ ਦਾ ਪਤਾ ਲੱਗਦਾ ਨਹੀਂ। ਤੇ ਫਿਰ ਬਾਈ ਜੀ ਮੁੱਲ ਵੀ ਜਾਇਜ਼ ਹੀ ਰਹਾ, ਮੁੱਲ ਵੀ ਭਾਈ ਜਾਇਜ਼ ਕਰਕੇ ਦਵਾਂਗੇ ਬਾਈ ਜੀ। ਕਿੰਨੇ ਦੀ ਦੇ ਦੇਣੀ ਬਾਈ ਜੀ ਫਿਰ? ਇਹ ਭਾਈ ਜੈਸਨ ਹੋਈ ਮੁੱਲ ਕੁਝ ਵੀ ਕਰ ਰਹੀ ਹੈ, 3 ਲੱਖ ਦੀ ਮੈਂ ਦੇਣੀ ਆ ਭਾਈ ਭਾਈ ਆਪਾਂ ਜੀ। ਮੈਂ ਬਿਲਕੁਲ 3 ਲੱਖ ਦੀ, 3 ਲੱਖ ਦੀ ਬਾਈ ਜੀ, ਕੋਈ ਛੋਟ ਛਾਪਾ ਬਾਈ ਜੀ। ਮੈਂ ਨਾ ਜੇ 25 ਕਿਲੋ ਦੁੱਧ ਕਰ ਗਈ ਫਿਰ ਇਹਦੀ ਕੀਮਤ ਦਾ ਉਦੋਂ ਬਾਈ ਲੱਗ ਹੀ ਰੇਟ ਕਰੂਗੀ, ਅੱਜ ਦੀ ਕੀਮਤ ਹੈ ਜੀ 3 ਲੱਖ ਦੀ ਦਵਾਂਗੇ ਬਾਈ ਮੈਂ। ਅੱਜ 3 ਲੱਖ ਦੀ, ਚਲੋ ਕੋਈ ਕਰ ਦਿਓ ਬਾਈ ਜੀ ਮਾਨਤਾ ਨਾ। ਹਾਂ ਕਰ ਦਾਂਗੇ ਬਾਈ, ਕੋਈ ਥੋੜਾ ਬਹੁਤਾ ਜ਼ਿਆਦਾ ਨਹੀਂ ਬਾਈ ਹੋ, ਚਲੋ ਕੋਈ 1000-2000 ਛੱਡ ਦਿਓ।
तुरना औखा होया बी है जिदन बी जी आते तैयार कर गई दुद्ध फिर उदन जरा तुरना भी औखा हो जाऊगा। सही गल है बी जी, सही गल है। अगे फिर आ गई बी जी दो नंबर से। अच्छा जी बाकी नस्ल ब्रीड ये भी फुलिया पूरी पूरी, बाकी पिट पुड़े की बहुत चंगी आ। खोल के तोरो बाबा जी, एक तोर दो फिर झूटी एक बाकी दोवे जो पीस अज ब्रांडेड ही पे ने अज। बाकी पेट बड़ा बहुत चंगा, तोड़ दो बाबा जी, तोड़ दो जी। अडर की क्वालिटी थान की क्वालिटी बहुत चंगी है। तोड़ो तोड़ो बाबा जी, तोड़ दो बड़ा बच्चे का करती है ये भी, पब बोझ बोझ धरती है भी। कमा लो बाबा जी। बाकी सिंग सुंग की क्वालिटी बहुत चंगी है, थोड़ा बच्चे का कर जी। बाकी अडर की क्वालिटी जी बहुत चंगी लगी आ, गाड़ पछाड़ बिल्कुल ऐ बराबर आ। फिर भाई ये दुध फिर किन्ना चवा जाएगी? ये दुध भाई 20 किलो चवा जाएगी, बाहर ही जाएगी, अंदर नहीं रहेगी भाई। अच्छा जी 20 किलो चवा जाएगी। 18 किलो दुध तैयार है भाई, 18 किलो तैयार है भाई जी, नहीं आंदे आ ते 20 तो प्लस जाऊगी। बाकी सबर से आए, सबर ना भाई थोड़ा फर्क पैंदा, फर्क पैंदा, फर्क पैंदा। ते फिर ये मोले दा भाई जी, जोड़े का 5000 रुपया छोड़ कर दियो। ये बाई जी आंदे 1,80,000 दी आ, ते फिर जे जोड़ा कोई वीर भरा मंग ले ते 5000 रुपया छोड़। 2,80,000 दी भाई, 2,80,000 दी। हाँ जी 2,80,000 भाई, 2,80,000 दी। ते जे जोड़ा कोई मंग ले वीर भरा ते 5,000 छोड़ जो। ते होर भाई जी फिर अगे फिर अपने बार्डर तो आई है अपने इधर इलाके की मैं प्योर लीली दी साढ़े पांच महीने बाकी जी अपने पाकिस्तान बार्डर तो आई है। ते भाई जी नहीं मतलब कोई जरा कोना कोना फोल देंगे ने भाई जी नहीं ब्रीड बदले भाई गल की आ। हाँ जी हाँ जी देखो ये जी झोटी लई आ। हाँ जी भाई ब्रीड करके लई आ। सही गल है भाई जी, ये ब्रीड चो नंदी भाई इधर आपा थोड़ी की हाथ नहीं पोंदे, नहीं पोंदे, नहीं पोंदे। इना भी कईयां वीरियां दा बड़ा शौक है यार लीली प्योर च लेनी ब्रीड दे। हां जी हां जी हां जी लीली दा अपना वेहो शौक है भी जे लीली दे भाई प्योर मिलदी ना। हां जी भाई ब्रीड करके भाई सारे अंगे दे वेख के लीली रवि आ गई जी। बाकी सिंग सुंग की क्वालिटी बहुत चंगी है, ते बाकी अपने इतने बार्डर तो लई है भाई जी, पाकिस्तान बार्डर तो लीली रवि दी। ते भाई जी फिर भाव भी दस दो फिर निगा जा मतलब जी जैस दो मुल कुछ भी करिए 62,000 दी दे देंगे दी। हां जी 62,000 दी दे देंगे दी भलेखा दिन लग गया भाई जी 62,000 दी दे देंगे दी कोई मानता ना
पूरे 60,000 की सात किलो बी होने दुद्ध आ लीली का भी जी हाँ जी किलो घट ही दसो बी जी हाँ जी सात किलो दुद्ध आ गया भाई लीली रावी की पूरे 60,000 की साढ़े पांच महीने की गबन तोहफा ही भाई आती है फिर है सही गल सही गल भाई जी हो सुनाओ भाई जी को ਮੱਛੀ ਬਈ ਬਹੁਤ ਆਪਦੀ ਹੋਣੀ ਜਾਈ ਆਈ ਆ ਅੱਛਾ ਜੀ ਹੈ ਤਾਂ ਲੀਲ ਨੂੰ ਮੋਤ ਹੋਣ ਵਾਲੀ ਆ ਹਾਂਜੀ ਹਾਂਜੀ ਕਿਹੜਾ ਬਾਬੀ ਬਾਰ ਦੀ ਕੀ ਮੱਛੀ ਬਈ ਬਹੁਤੀ ਮੱਛੀ ਕੋ 20 ਕਿਲੋ ਤਿਆਰ ਆ ਅੱਛਾ ਜੀ ਹਾਂਜੀ ਹਾਂਜੀ ਤੇ ਸੂਈ ਨੂੰ ਅੱਜ ਇਹਨੂੰ ਬਈ ਸੇਵਾ ਸਤਵਾ ਦੇਣੇ ਆ ਅੱਛਾ ਇਹ ਗੋਲਡ ਵੀਰ ਹੁਣੇ ਲੈ ਕੇ ਆਇਆ ਵਾ ਹਾਂਜੀ ਹਾਂਜੀ ਲਾਈ ਜੇ ਅੱਛਾ ਲਾਈ ਆ करते गल बात माड़ी गाय दिखा रही है तोरा तारा बहुत चंगा वा तो भी किलो वाली हमने वीर लै के आया वा तो थोड़ी त्यार त्यूर करने वाली है तो बाई जी नहीं आते भी चलो नाल पा दें वीर भरा कोई जो कोई शकीन बच्ची लैन वाला बच्छी आ गई बहुत चंगी मगर ये तो वैड भी बहुत चंगी है तो भाई मुल फिर यदा ਬੋਲ ਭਾਈ ਬੱਚੀ ਦਾ ਇਹ 85,000 ਦੀ ਦੇ ਦਾਂਗੇ ਭਾਈ ਅੱਛਾ ਜੀ 85,000 ਦੀ ਹਾਂ 85,000 ਦੀ ਦੇ ਦਾਂਗੇ ਭਾਈ ਜੀ ਠੀਕ ਹੈ ਜੀ ਭਾਈ ਕੋਈ ਮਾਨਤਾਨ ਹੋ ਜੂ ਭਾਈ ਜੀ ਹਾਂ ਕਰ ਦਾਂਗੇ ਭਾਈ ਮਾਨਤਾਨ ਕਰ ਦਾਂਗੇ ਚਲੋ ਕੋਈ ਕਰ ਦਿਓ ਮਾਨਤਾਨ ਕੋਈ 1000 2000 ਦਾ ਹਾਂ ਜੀ ਜੀ ਤੇ 85,000 ਦੀ 20 ਕਿਲੋ ਤਿਆਰ ਹੈ ਤੇ ਵੱਛੀ ਮਗਰ ਆ ਹਾਂ ਜੀ ਜੀ ਤੇ ਇਹ ਹੁਣੇ ਆਈ ਹੈ ਚਲੋ ਜਲਦੀ ਜਲਦੀ ਵੀਡੀਓ ਦੇ ਵਿੱਚ ਪਾਤੀ ਆ ਹਾਂ ਜੀ ਜੀ ਤੇ ਬਾਕੀ ਚਲੋ ਜਿਹੜੇ ਸੇਲ ਹੋ ਜਾਣੀ ਚਲੋ ਜਲਦੀ ਜਲਦੀ ਵੀਡੀਓ ਦੇ ਵਿੱਚ ਤੇ ਬਾਕੀ ਚਲੋ ਝੋਟੀਆਂ ਕਰੀ ਆਪਾਂ ਫੇਰ ਇੱਕ ਵਾਰੀ ਤੋੜ ਕੇ ਦਿਖਾ ਦਿੰਨੇ ਆ ਤੇ ਬਾਬਾ ਜੀ ਤੋਰੋ ਹਾਂ ਇਕੱਠੀਆਂ ਤੋਰੋ ਬਾਈ ਗੋਲਡੀ ਬਾਈ ਖੁੱਲ ਨਹੀਂ ਜਾ ਰਿਹਾ ਕਰੀ ਬਾਕੀ ਜੋੜਾ ਇਕੱਠਾ ਆਪਾਂ ਤੋਰਤਾ ਵਾ ਤੇ ਇੱਕ ਦਾ ਮੁੱਲ 3,00,000 ਆ ਤੇ ਇੱਕ ਦਾ 2,80,000 ਰੁਪਇਆ ਤੇ ਜੇ ਕੋਈ ਜੋੜਾ ਵੀਰ ਭਰਾ ਜੇ ਕੋਈ ਇਕੱਠਾ ਲੈ ਲੇ 5,000 ਰੁਪਇਆ ਜਗਦੀਪ ਬਾਈ ਜੀ ਨੇ ਮਾਨਤਾਨ ਕਰ ਦੇਣਗੇ ਥੋੜਾ ਬੱਚੇ ਦਾ ਕਰਦੀਆਂ ਨੇ ਬਾਕੀ ਪਿੱਠ ਪੂਰਾ ਬਹੁਤ ਚੰਗਾ ਦੋ ਝੁੱਟੀਆਂ ਦਾ ਤੇ ਇੱਕ ਆਪਣੇ ਕੋਲ ਲੀਲੀ ਦਾ ਵੀ ਜੀ ਤੇ ਹੋਰ ਜੀ ਦੀਦੀ ਫਿਰ ਵਧੀਆ 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 ਤੇ ਨੰਬਰ ਤੇ ਐਡਰੈਸ ਦੱਸ ਦਿਓ ਆਪਣਾ ਸ਼ੁਭ ਨਾਮ ਜਗਦੀਪ ਸਿੰਘ ਜੀ ਬਈ ਹਾਂਜੀ ਹਾਂਜੀ ਬਾਈ ਜ਼ਿਲ੍ਹਾ ਗੁਰਦਾਸਪੁਰ ਜੀ ਹਾਂਜੀ ਬਾਈ ਜੀ ਤੇ ਨੇੜੇ ਫਤਿਹਗੜ੍ਹ ਚੂੜੀਆਂ ਪਿੰਡ ਡੋਗਰ ਜੇ ਦੀ ਹਾਂਜੀ ਬਾਈ ਹਾਂਜੀ ਤੇ 9876615 1527 ਠੀਕ ਹੈ ਬਾਈ ਜੀ ਨੰਬਰ ਚਲਾਵਾਂਗੇ ਬਾਈ ਵੀਡੀਓ ਦੇ ਦੋ ਨੰਬਰ ਚਲਾ ਹਾਂਜੀ ਹਾਂਜੀ ਦੋ ਹੀ ਚੱਲਦੇ ਬਾਈ ਤੁਹਾਡੇ ਹਾਂਜੀ ਹਾਂਜੀ ਤੇ ਹੋਰ ਸੁਣਾਓ ਬਾਈ ਜੀ ਵਧੀਆ 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 ਤੇ ਹੁਣ ਫਿਰ ਕਿਤਨਾ ਆ ਰਿਹਾ ਫਿਰ ਮਾਲ ਆਪਣਾ ਮਾਲ ਉਹਨੇ ਆਪਣੇ ਨਾ ਯੂਟਿਊਬ ਦਾ ਕੱਟਣਾ ਕੇਕ ਅੱਛਾ ਜੀ ਦੇਖੋ ਆ ਸਵੇਰੇ ਕੱਟ ਦਈਏ ਠੀਕ ਹੈ ਜੀ ਬਾਅਦ ਚ ਫਿਰ ਆਪਾਂ ਇੱਕ ਦੋ ਦਿਨ ਦੇ ਵਿੱਚ ਵਿੱਚ ਲੈਂਦੇ ਆ ਵੀਰ ਜੀ ਦੀਆਂ ਠੀਕ ਹੈ ਬਾਈ ਜੀ ਠੀਕ ਆ ਚਲੋ ਪਰਮਾਤਮਾ ਨੇ ਵੀਰ ਬੜੀ ਮਿਹਨ ਬਖਸ਼ੀ ਹਾਂਜੀ 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 ਇਹ ਚੰਨ ਨੇ ਸਾਡੇ ਨੇ ਵੀਰ ਵੀਰਾਂ ਭਰਾਵਾਂ ਦੇ ਸਿਰ ਤੇ ਸਭ ਤੋਂ ਵੱਡਾ ਚੰਨ ਚਲਾਉਣਾ ਇਹ ਸੰਗਤ ਦੇ ਪਿਆਰ ਦੇ ਸਿਰ ਤੇ ਚੱਲਦਾ ਮੰਨਣ ਵਾਲੀ ਗੱਲ ਬਾਈ ਜੀ ਤੇ ਮੈਂ ਉਦੋਂ ਜਦੋਂ ਨਵਾਂ ਨਵਾਂ ਚੱਲ ਕੇ ਚਾਲੂ ਕੰਮ ਕੀਤਾ ਜੀ ਹਾਂਜੀ ਹਾਂਜੀ ਮੈਂ ਇਹਦੇ ਵਿੱਚ ਕੋਈ ਹੰਕਾਰ ਨਾ ਕਰੇ ਵੀ ਇਹ ਚੰਨ ਮੇਰਾ ਬਣ ਗਿਆ ਸਹੀ ਗੱਲ ਹੈ ਬਾਈ ਸਹੀ ਇਹ ਸੰਗਤ ਦੇ ਪਿਆਰ ਦਾ ਬਈ ਚੰਨ ਪਿਆਰ ਦਾ ਜੀ ਸਹੀ ਗੱਲ ਹੈ ਬਾਈ ਜੀ ਤੇ ਬਾਕੀ ਆਪਣਾ ਲਵ ਵੀਰ ਹਾਂਜੀ ਬਾਈ ਇਹਨੂੰ ਸ਼ੌਂਕ ਹੋੜਾ ਬਈ ਇਹ ਨਹੀਂ ਗੱਲ ਮੈਨੂੰ ਕਹਿੰਦਾ ਬਾਈ ਹਾਂਜੀ ਹਾਂਜੀ ਇਹ ਹੁਣ ਤੋਂ ਕਹਿੰਦਾ ਇਹਨੇ ਬਾਬਾ ਇਹਨੇ ਮੇਰੇ ਦੀ ਝੋਟੀ ਲਿਆਉਣੀ ਨਾ ਹਾਂਜੀ ਚੜ੍ਹਦੀ ਤੇ ਚੜ੍ਹਦੀ ਲੈਣੀ ਆ ਕੁਆਲਿਟੀ ਤੇ ਲਿਆਉਣੀ ਦਦੀ ਆ ਅੱਛਾ ਜੀ ਹਾਂਜੀ ਜੀ ਇਹ ਫਿਰ ਲਿਆਉਣੀ ਦਦੀ ਕਿੱਦਾਂ ਲਿਆਉਣੀ ਟੌਪਰ ਟੌਪਰ ਕਿੱਦਾਂ ਸਕੂਲ ਦਾ ਫਿਰ ਛੁੱਟੀਆਂ ਨੇ ਫਿਰ ਨਜ਼ਾਰੇ ਵੱਜੇ ਫਿਰ ਛੁੱਟੀਆਂ ਨੇ ਰਹਾ ਸਿੱਧਾ ਗੱਲ ਕਰ ਛੁੱਟੀਆਂ ਨੇ ਭਾਈ ਜੀ ਗੱਲ ਦਾ ਕੀ ਭਾਈ ਜੀ ਹਾਂਜੀ ਹਾਂਜੀ ਜਿੱਦਾਂ ਸਾਨੂੰ ਮਤਲਬ ਇਹ ਨਿੱਕੇ ਹੁੰਦੇ ਸਾਨੂੰ ਸ਼ੌਂਕ ਪੈ ਗਿਆ ਹਾਂਜੀ ਹਾਂਜੀ ਮਾਦਰ ਸਾਹਿਬ ਵਪਾਰ ਕਰਦੇ ਸੀ ਹਾਂਜੀ ਹਾਂਜੀ ਭਾਜੀ ਤੇ ਜੇ ਅਸੀਂ ਪਾ ਚੰਗੀ ਲੈਣ ਦੇ ਵਿੱਚ ਚੰਗੀ ਮੈਂ ਲਵਾਂਗੇ ਨਾ ਭਾਜੀ ਹਾਂਜੀ 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 ਸਾਡੇ ਬੱਚਿਆਂ ਨੂੰ ਵੀ ਭਾਜੀ ਚੰਗੀ ਲੈਣ ਦੇ ਵਿੱਚ ਚੰਗੀ ਲੈਣ ਦਾ ਮੈਂ ਦਾ ਸ਼ੌਂਕ ਹੋ ਜੂ ਦਦੀ ਜਿਹੀ ਗੱਲ ਕਰਨ ਵਾਲੀ ਆ ਸਹੀ ਸਹੀ ਗੱਲ ਹੈ ਭਾਜੀ ਤੇ ਆਪਾਂ ਨੂੰ ਭਾਜੀ ਸ਼ੁਰੂ ਤੋਂ ਹੁਣ ਜਿੱਦਾਂ ਹਰਿਆਣੇ ਜਾਈਦਾ ਭਾਜੀ ਹਾਂਜੀ ਭਾਜੀ ਤੇ ਆਪਣੇ ਮਨ ਦੇ ਵਿੱਚ ਇੱਕੋ ਹੀ ਸ਼ੇ ਹੁੰਦੀ ਆ ਹਾਂਜੀ ਪੈਸੇ ਪੁੱਛੇ ਭਾਜੀ ਜਿਹੜੇ ਜਿੱਦਾਂ ਕਹਿੰਦੇ ਨਾ ਵੀ ਯਾਰ ਉਹ ਜੱਗੇ ਦਾ ਰੇਟ ਬੜਾ ਹਾਂਜੀ ਹਾਂਜੀ ਇਹ ਰੂਟ ਭਾਜੀ ਬਾਅਦ ਚ ਲੱਗ ਜਾਂਦੇ ਬਾਅਦ ਦੀਆਂ ਗੱਲਾਂ ਨੇ ਭਾਜੀ ਜਿੱਦੇ ਘਰ ਮਹੀ ਇੱਕ ਵਾਰੀ ਸਾਡੀ ਚੱਲ ਜਾਂਦੀ ਆ ਭਾਜੀ ਹਾਂਜੀ ਹਾਂਜੀ ਪਰਮਾਤਮਾ ਕਰਾ ਕੇ ਦੇ ਵਿੱਚ ਗੱਲ ਕਰਾ ਦਿੰਦੀ ਵੀ ਜੱਗੇ ਦੀ ਮੈਂ ਪਿੰਡ ਉੱਤਰ ਗਈ ਸਹੀ ਗੱਲ ਹੈ ਸਹੀ ਗੱਲ ਹੈ ਭਾਜੀ ਜੋ ਕੰਡਾ ਲੱਗ ਗਿਆ ਮੈਂ ਰਖਾਉਂਦੀ ਨਾ ਭਾਜੀ ਦੁੱਧ 20 ਕਿਲੋ ਮਿਲਦੇ ਆ ਹਾਂਜੀ ਹਾਂਜੀ ਤੇ ਫੇਰ ਭਾਜੀ ਇਹਨਾਂ ਚੀਜ਼ਾਂ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਹਾਂਜੀ 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 ਤੇ ਕੱਲ ਜਦੋਂ ਮੈਨੂੰ ਇਹ ਗੱਲ ਦੀ ਬੜੀ ਭਾਜੀ ਚਲੋ ਮਨ ਨੂੰ ਖੁਸ਼ੀ ਹੋਈ ਹਾਂਜੀ ਹਾਂਜੀ ਕੱਲ ਉਹ ਬਾਪੂ ਆਇਆ ਤੇ ਕਹਿੰਦਾ ਜੀ ਮੈਂ ਕਹਿੰਦਾ ਮੈਂ ਥਲੇ ਮੈਂ ਦੁੱਧ ਕਿੰਨਾ ਨਾ 18 ਕਿਲੋ ਹਾਂਜੀ ਹਾਂਜੀ
ਕਹਿੰਦਾ ਵੀ ਮਨ ਦੇ ਵਿੱਚ ਇੱਛਾ ਵੀ ਟੰਡੇ ਤੇ ਮਿਲਾਣਾ। ਹਾਂਜੀ ਹਾਂਜੀ। ਤੇ ਉਹ ਸਾਡੇ ਕੋਲ ਕੱਲ ਨਾ ਸ਼ਾਮੀ ਚ ਆਈ। ਹਾਂਜੀ ਹਾਂਜੀ। ਤੇ ਸਵੇਰੇ ਹੁਣ ਭੇਜੀ ਤੁਹਾਡੇ ਆਉਣ ਤੋਂ ਪਹਿਲਾਂ ਦਦੀ। ਅੱਛਾ ਜੀ ਅੱਛਾ ਜੀ। ਤੇ ਮਤਲਬ ਕਿਲੋ ਖੰਡ ਵਧਿਆ ਹੀ ਘੜਿਆ ਨਹੀਂ ਬਜੀ ਹੈਗਾ। ਸਹੀ ਗੱਲ ਹੈ ਬਾਈ। ਤੇ ਕਹਿੰਦੇ ਵੀ ਮੈਂ ਤੇਰੇ ਇਲਾਕੇ ਦੇ ਜਿੰਨੇ ਵੀ ਵਪਾਰੀਆਂ ਕੋਲ ਮਤਲਬ ਜਦੋਂ ਇੰਨੀ ਗੱਲ ਕਹੀਦਾ ਵੀ ਕੰਡੇ ਤੇ ਚਾੜਨਾ। ਹਾਂਜੀ ਹਾਂਜੀ। ਤੇ ਕੰਡੇ ਵਾਲੇ ਫੇਰ ਭਾਈ ਸਾਰੇ ਭੱਜ ਜਾਂਦੇ ਤੁਸੀਂ। ਸਹੀ ਗੱਲ ਹੈ ਬਾਈ ਜੀ। ਉਦਾਂ ਦੇ ਬਾਈ ਹੁਣ ਆ ਵੱਧ ਵਿੱਚ ਜਿੱਦਾਂ ਅਸੀਂ ਆ ਮੈਂ ਮਤਲਬ ਵੀ 3 ਦਿਨ ਹੋਏ ਸੀ ਨੂੰ। ਹਾਂਜੀ ਬਾਈ ਜੀ। ਮੈਂ ਕਹਿ ਦਾਂਗੇ 20 ਕਿਲੋ ਤੋਂ ਤਿਆਰ ਆ। ਹਾਂਜੀ ਬਾਈ ਜੀ। ਕਹਿੰਦਾ ਬਾਈ ਫਾਇਦਾ ਨਹੀਂ ਹੈਗਾ ਜੇ ਅੱਜ 13 ਕਿਲੋ ਮੈਂ ਸਟੈਂਡਿੰਗ ਕੀਤਾ ਨਾ ਬਾਈ। ਸਹੀ ਗੱਲ ਹੈ ਬਾਈ। ਇਹ 20 ਕਿਲੋ ਮੈਂ ਦੁੱਧ ਇਹ 22 ਕਿਲੋ ਬਾਈ ਜੀ ਜਿਹੜਾ ਸਟਾਰਟਿੰਗ ਤੋਂ 13 ਕਿਲੋ 20 ਤੋਂ ਪਲੱਸ ਵਾਲੀ ਹੈ ਝੋਟੀ। ਸਭ ਤੋਂ ਵੱਡੀ ਭਾਈ ਖੂਬੀ ਇਹ ਹੁੰਦੀ ਵੀ ਜਿਹੜੀ ਮੈਂ ਦੀ ਗਾੜ ਮੈਂ ਨਾ ਜਿੱਦਾਂ ਮਤਲਬ ਵੀ ਹੁਣ ਇਹਦੀ ਮੈਂ ਦੀ 2.5 ਕਿਲੋ ਗਾੜ ਆ। ਹਾਂਜੀ ਬਾਈ। ਜਿੱਦਾਂ ਮੈਂ ਇਹਦੀ 5 ਕਿਲੋ ਗਾੜ ਹੋ ਗਈ ਸਮਝ ਲਓ ਤੇ 20 ਕਿਲੋ ਮੈਂ ਥੱਲੇ ਦੁੱਧ। ਸਹੀ ਗੱਲ ਹੈ ਬਾਈ ਸਹੀ ਗੱਲ ਹੈ। ਇਹ ਸਾਡੀਆਂ ਅਸੀਂ ਆ ਚਲੋ ਜਾਣਕਾਰੀ ਜਿੰਨੀ ਵੀ ਵੇਖੀ ਆ ਜੇ ਮੈਂ ਦੀ ਗਾੜ ਇੱਕਦਮ ਜ਼ਿਆਦਾ ਗਾੜੇ ਸੁੱਟਦੀ ਆ। ਹਾਂਜੀ ਹਾਂਜੀ। ਦੁੱਧੋਂ ਨਹੀਂ ਬਾਈ ਮਾੜੀ ਨਹੀਂ ਨਿਕਲਦੀ। ਸਹੀ ਗੱਲ ਹੈ ਬਾਈ। ਜੇ ਗਾੜ ਤੋਂ ਮੈਂ ਅੱਗੋਂ ਨਰਮ ਪੈ ਗਈ ਅਗਲੇ ਪਾਸਿਓ। ਹਾਂਜੀ ਹਾਂਜੀ। ਇਹ ਸਮਝੋ ਵੀ ਮੈਂ ਉਹ ਦੁੱਧ ਜਿਹੜੀ ਆ ਮੈਂ ਨਹੀਂ ਚੱਲ ਸਕਦੀ ਬਾਈ ਜਿਹੜੀ ਗੱਲ ਕਰਦੀ। ਸਹੀ ਗੱਲ ਹੈ ਬਾਈ। ਇਹ ਹੁਣ ਇਹਦੀ ਪਰਮਾਤਮਾ ਦੀ ਮਿਹਰ ਐ ਟਾਈਮ ਤੇ ਬਾਈ 2 ਕਿਲੋ ਦੀ ਗਾੜੀ ਯਾਰ 2.5 ਕਿਲੋ ਦੀ। ਅੱਛਾ 2.5 ਕਿਲੋ ਦੀ। ਹਾਂ ਹਾਲੀ ਬੋਲੇ ਤੋਂ ਖਾਲੀ ਹੁੰਦੇ ਆ ਸਾਰੀ। ਹਾਂਜੀ ਹਾਂਜੀ ਹਾਂਜੀ। ਤੇ ਜਿੱਦਣ ਮੈਂ ਦੁੱਧ ਮਤਲਬ ਵੀ 20 ਕਿਲੋ ਤੋਂ ਬਾਹਰ ਚੱਲਦੀ ਆ। ਹਾਂਜੀ ਹਾਂਜੀ। 4 ਕਿਲੋ ਘੱਟੋ ਘੱਟੀ ਗਾੜੀ ਹੋਣੀ ਚਾਹੀਦੀ। 4 ਕਿਲੋ ਸਾਡੀ ਆਟੋਮੈਟਿਕ 4 ਕਿਲੋ ਗਾੜ ਹੋ ਜਾਣੀ ਬਾਈ। ਇਹ 2.5 ਕਿਲੋ ਦੀ ਹੋਣੇ ਆ ਜੀ। 13 ਕਿਲੋ ਤੋਂ 2.5 ਕਿਲੋ ਦੀ ਤੇ ਆਪ ਹੀ। ਹਾਂਜੀ ਹਾਂਜੀ। ਅੱਗੇ ਗਏ ਹੋਰ ਫਿਰ ਬਾਈ ਜੀ। ਹਾਂ ਵਧੀਆ 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 ਬਾਈ ਜੀ। ਠੀਕ ਹੈ ਬਾਈ ਜੀ ਫਿਰ। ਹਾਂ ਠੀਕ ਹੈ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਲਵ ਜੀ। ਸਕੂਲੇ ਜਾਇਆ ਕਰੋ ਟਾਈਮ ਨਾਲ। ਠੀਕ ਹੈ। ਕਿਹਾ ਪੜ ਲਓ ਬਾਈ ਜੀ। ਪੜ ਲਓ ਪੜ ਲਓ ਇਹ ਹਲੇ ਉਮਰ ਛੋਟੀ ਵਾਲੇ। ਠੀਕ ਹੈ ਜੀ। ਹਾਂਜੀ।